ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਮਾਤ ਗਰਭ ਦੁਖ ਸਾਗਰੋ ਪਿਆਰੇ, ਤਹਿ ਆਪਣਾ ਨਾਮ ਜਪਾਇਆ। ਹੇ ਪਿਆਰੇ, ਮਾਤ ਮਾਤਾ ਦਾ ਗਰਭ ਪੇਟ ਦੁੱਖ ਕਹੀਏ ਕਸ਼ਟਾਂ ਦਾ ਸਾਗਰੋ ਸਮੁੰਦਰ ਹੈ। ਉੱਥੇ ਪਰਮੇਸ਼ਰ ਨੇ ਆਪਣਾ ਨਾਮ ਜਪਾ ਕਰਕੇ ਜਠਰ ਅਗਨ ਵਿੱਚ ਸੜਨ ਆਦਿ ਦੇ ਦੁੱਖਾਂ ਤੋਂ ਜੀਵ ਦੀ ਰੱਖਿਆ ਕੀਤੀ ਹੈ। ਬਾਹਰ ਕਾੜ ਬਿਖ ਪਸਰੀ ਆ ਪਿਆਰੇ, ਮਾਇਆ ਮੋਹ ਵਧਾਇਆ। ਹੇ ਪਿਆਰੇ, ਜਦੋਂ ਜੀਵ ਮਾਤਾ ਦੇ ਗਰਭ ਵਿੱਚੋਂ ਬਾਹਰ ਕੱਢਿਆ ਤਾਂ ਉਸ ਵੇਲੇ ਦੇਹ ਵਿੱਚ ਤ੍ਰਿਸ਼ਨਾ ਰੂਪੀ ਬਿਖ ਜ਼ਹਿਰ ਪਸਰੀ ਆ ਕਹੀਏ ਪਸਰ ਗਈ। ਜਵਾਨ ਅਵਸਥਾ ਵਿੱਚ ਵਿਸ਼ਿਆਂ ਦੀ ਵੇਹੋ ਫੈਲ ਗਈ ਅਤੇ ਮਨ ਵਿੱਚ ਬਹੁਤਾ ਮਾਇਆ ਦਾ ਮੋਹ ਸਨੇਹ ਵਧਾ ਦਿੱਤਾ। ਜਿਸਨੋਂ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ। ਹੇ ਭਾਈ, ਜਿਸ ਪੁਰਖ ਉੱਤੇ ਪਰਮੇਸ਼ਰ ਨੇ ਆਪ ਪੂਰਬਲੇ ਪੁੰਨ ਕਰਮਾਂ ਦੇ ਪ੍ਰੇਰੇ ਹੋਏ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਸ ਪੁਰਖ ਨੂੰ ਪਰਮੇਸ਼ਰ ਨੇ ਪੂਰਨ ਸਤਿਗੁਰਾਂ ਤਾਈਂ ਮਿਲਾਉਣਾ ਕੀਤਾ ਹੈ। ਸੋ ਆਰਾਧੇ ਸਾਸ ਸਾਸ ਪਿਆਰੇ, ਰਾਮ ਨਾਮ ਲਿਵਲਾਇਆ। ਹੇ ਪਿਆਰੇ, ਉਹ ਪੁਰਖ ਸਵਾਸ ਸਵਾਸ ਵਾਹਿਗੁਰੂ ਨੂੰ ਆਰਾਧਦੇ ਹਨ ਜਿਨ੍ਹਾਂ ਦੀ ਪੂਰੇ ਸਤਿਗੁਰਾਂ ਨੇ ਰਾਮ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਨੂੰ ਲਗਾ ਦਿੱਤਾ ਹੈ, ਜੋੜ ਦਿੱਤਾ ਹੈ। ਹੁਣ ਅੱਗੇ ਬੇਨਤੀ ਪੂਰਵਕ ਕਥਨ ਕਰਦੇ ਹਨ। ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ। ਹੇ ਪਿਆਰੇ ਪਰਮੇਸ਼ਰ ਜੀ, ਸਾਡੇ ਮਨ ਚਿੱਤ ਅਤੇ ਤਨ ਸਰੀਰ ਨੂੰ ਪਿੱਛੇ ਵੀ ਤੇਰੀ ਕਹੀਏ ਤੁਹਾਡੀ ਹੀ ਟੇਕ ਓਟ ਸੀ ਅਤੇ ਹੁਣ ਵੀ ਸਾਡੇ ਮਨ ਤਨ ਨੂੰ ਤੁਹਾਡੀ ਹੀ ਓਟ ਹੈ। ਇਸ ਲੋਕ ਵਿੱਚ ਵੀ ਮਨ ਤਨ ਨੂੰ ਤੇਰੀ ਓਟ ਹੈ ਅਤੇ ਪਰਲੋਕ ਵਿੱਚ ਵੀ ਸੂਖਮ ਮਨ ਤਨ ਨੂੰ ਤੁਹਾਡੀ ਓਟ ਹੈ। ਹੇ ਪਿਆਰੇ ਪ੍ਰਭੂ, ਗੁਰਾਂ ਦੇ ਮਨ ਮੰਤਰ ਕਰਕੇ ਸੂਖਮ ਅਸਥੂਲ ਤਨ ਸਰੀਰਾਂ ਵਿੱਚ ਵੀ ਤੇਰੀ ਟੇਕ ਓਟ ਹੈ ਅਤੇ ਬਾਲਕ ਜਵਾਨੀ ਅਵਸਥਾ ਵਿੱਚ ਵੀ ਮਨ ਤਨ ਨੂੰ ਤੇਰੀ ਓਟ ਹੈ। ਤੁਦ ਬਿਨ ਅਵਰ ਨ ਕਰਨ ਹਾਰ ਪਿਆਰੇ, ਅੰਤਰ ਜਾਮੀ ਏਕ ਰਹਾਉ। ਹੇ ਪਿਆਰੇ ਪਰਮੇਸ਼ਰ ਜੀ, ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਸ੍ਰਿਸ਼ਟੀ ਦੀ ਉਤਪਤੀ ਆਦਿਕ ਕਾਰਜਾਂ ਨੂੰ ਕਰਨ ਵਾਲਾ ਨਹੀਂ ਹੈ। ਕੇਵਲ ਇੱਕੋ ਇੱਕ ਤੂੰ ਹੀ ਤਿੰਨਾਂ ਕਾਲਾਂ ਵਿੱਚ ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ ਹੈ। ਰਹਾਉ ਅੱਗੇ ਜਗਿਆਸੂ ਜਨਾਂ ਨੂੰ ਉਪਦੇਸ਼ ਬਖਸ਼ਦੇ ਹਨ। ਕੋਟ ਜਨਮ ਭ੍ਰਮ ਆਇਆ ਪਿਆਰੇ, ਅਨਕ ਜੋਨ ਦੁੱਖ ਪਾਏ। ਹੇ ਪਿਆਰੇ, ਅਨੇਕਾਂ ਜੂਨਾਂ ਦੇ ਦੁੱਖ ਕਸ਼ਟਾਂ ਵਿੱਚ ਪੈ ਕਰਕੇ ਕਰੋੜਾਂ ਜਨਮਾਂ ਵਿੱਚ ਭਰਮਦਾ ਜੀਵ ਮਨੁੱਖਾ ਜਨਮ ਵਿੱਚ ਆਉਂਦਾ ਹੈ। ਹੇ ਪਿਆਰੇ, ਕਰੋੜਾਂ ਜਨਮਾਂ ਵਿੱਚ ਜੀਵ ਭਰਮਦਾ ਆਇਆ ਹੈ ਅਤੇ ਅਨੇਕਾਂ ਜੂਨਾਂ ਵਿੱਚ ਪੈ ਕੇ ਦੁੱਖ ਪਾਉਣਾ ਕੀਤੇ ਹਨ। ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੈ ਸਜਾਏ। ਹੇ ਪਿਆਰੇ, ਜਿਨ੍ਹਾਂ ਨੂੰ ਸੱਚਾ ਸਾਹਿਬ ਮਾਲਕ ਪਰਮੇਸ਼ਰ ਵਿਸਰਿਆ ਭੁੱਲ ਜਾਂਦਾ ਹੈ, ਉਹਨਾਂ ਨੂੰ ਬਹੁਤੀ ਅਨੇਕਾਂ ਜੂਨਾਂ ਵਿੱਚ ਪੈਣ ਦੀ, ਨਰਕਾਂ ਵਿੱਚ ਪੈਣ ਦੀ ਸਜ਼ਾ ਮਿਲਦੀ ਹੈ। ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸਾਚੈ ਨਾਏ। ਹੇ ਪਿਆਰੇ, ਜਿਨ੍ਹਾਂ ਗੁਰਮੁਖ ਜਨਾਂ ਨੂੰ ਪੂਰਨ ਸਤਿਗੁਰੂ ਜੀ ਮਿਲ ਜਾਂਦੇ ਆ,
ਉਹ ਸੱਚੇ ਨਾਮ ਦੇ ਸਿਮਰਨ ਵਿੱਚ ਲੱਗੇ ਹਨ। ਤਿਨਾਂ ਪਿੱਛੇ ਛੁੱਟੀਐ ਪਿਆਰੇ ਜੋ ਸਾਚੀ ਸਰਣ ਆਏ। ਹੇ ਪਿਆਰੇ, ਜਿਹੜੇ ਗੁਰਮੁਖ ਜਨ ਪਰਮੇਸ਼ਰ ਦੀ ਸੱਚੀ ਸ਼ਰਨ ਵਿੱਚ ਆਏ ਹਨ, ਉਹਨਾਂ ਗੁਰਮੁਖਾਂ ਦੀ ਸੰਗਤ ਦੇ ਪਿੱਛੇ ਕਹੀਏ ਮਗਰ ਲੱਗ ਕੇ ਹੀ ਮਰਨ ਤੋਂ ਛੁਟਕਾਰਾ ਹੁੰਦਾ ਹੈ। ਮਿੱਠਾ ਕਰਕੇ ਖਾਇਆ ਪਿਆਰੇ ਤਿਨ ਤਨ ਕੀਤਾ ਰੋਗ। ਹੇ ਪਿਆਰੇ, ਜਿਨ੍ਹਾਂ ਮਾਇਕੀ ਪਦਾਰਥਾਂ ਨੂੰ ਮਿਠਾਸ ਸੁਆਦਲੇ ਸਮਝ ਕਰਕੇ ਖਾਧਾ ਹੈ, ਮਿੱਠੇ ਤੇਲੀਏ ਦੀ ਨਿਆਈ ਜਿਨ੍ਹਾਂ ਵਿਸ਼ਿਆਂ ਨੂੰ ਮਿਠਾਸ ਵਾਲੇ ਜਾਣ ਕਰਕੇ ਖਾਧਾ ਹੈ, ਉਹਨਾਂ ਪਦਾਰਥਾਂ ਵਿਸ਼ਿਆਂ ਨੇ ਸਰੀਰ ਵਿੱਚ ਕਾਮ ਕ੍ਰੋਧ ਹੰਕਾਰ ਆਦਿਕ ਰੋਗਾਂ ਨੂੰ ਪੈਦਾ ਕੀਤਾ ਹੈ, ਉਹਨਾਂ ਵਿਸ਼ਿਆਂ ਨੇ ਸਰੀਰ ਵਿੱਚ ਰੋਗਾਂ ਨੂੰ ਉਤਪੰਨ ਕੀਤਾ ਹੈ। ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਪਜਿਆ ਸੋਗ। ਹੇ ਪਿਆਰੇ, ਜਦ ਪਦਾਰਥਾਂ ਦਾ ਹੰਕਾਰ ਜਾਂ ਵਿਸ਼ਿਆਂ ਨੂੰ ਭੋਗਣ ਦਾ ਰੋਗ ਕੌੜਾ ਦੁੱਖਦਾਇਕ ਹੋ ਕੇ ਸਾਰੀ ਦੇਹ ਵਿੱਚ ਪ੍ਰਤਿਸ਼ਠਿਆ ਪਸਰ ਫੈਲ ਇਸਤਿਤ ਹੋ ਗਿਆ, ਤਦ ਫਿਰ ਉਸ ਤੋਂ ਅਗਿਆਨ ਕਰਕੇ ਬੜਾ ਭਾਰੀ ਸੋਗ ਗਮ ਉਪਜਿਆ ਪੈਦਾ ਹੋ ਜਾਂਦਾ ਹੈ। ਭੋਗ ਪੁੰਚਾਏ ਭੁਲਾਇਨ ਪਿਆਰੇ ਉਤਰੈ ਨਹੀਂ ਵਿਜੋਗ। ਹੇ ਪਿਆਰੇ, ਜਿਨ੍ਹਾਂ ਨੂੰ ਮਾਇਆ ਨੇ ਸੰਸਾਰ ਦੇ ਸੁਆਦਲੇ ਭੋਗ ਪਦਾਰਥ ਪੁੰਚਾਏ ਕਹੀਏ ਖੁਆ ਕਰਕੇ ਵਾਹਿਗੁਰੂ ਦੇ ਸਰੂਪ ਵੱਲੋਂ ਭੁਲਾਇਆ ਹੋਇਆ ਹੈ, ਉਹਨਾਂ ਦਾ ਕਦੇ ਪਰਮੇਸ਼ਰ ਨਾਲੋਂ ਵਿਜੋਗ ਵਿਛੋੜਾ ਉਤਰਦਾ ਨਹੀਂ, ਭਾਵ ਵਿਛੋੜਾ ਬਣਿਆ ਹੀ ਰਹੇਗਾ। ਜੋ ਗੁਰ ਮੇਲ ਉਧਾਰਿਆ ਪਿਆਰੇ ਤਿੰਨ ਤੁਰੇ ਪਿਆ ਸੰਜੋਗ। ਹੇ ਪਿਆਰੇ, ਜਿਹੜੇ ਪੁਰਖਾਂ ਨੂੰ ਪਰਮੇਸ਼ਰ ਨੇ ਗੁਰੂ ਸਾਹਿਬ ਨਾਲ ਮੇਲ ਕੇ ਸੰਸਾਰ ਦੇ ਮਾਇਕੀ ਭੋਗਾਂ ਪਦਾਰਥਾਂ ਤੋਂ ਉਧਾਰ ਲਿਆ, ਬਚਾ ਲਿਆ, ਸੰਸਾਰ ਸਮੁੰਦਰ ਤੋਂ ਉਧਾਰ ਭਾਵ ਤਾਰ ਲਿਆ ਹੈ, ਉਹਨਾਂ ਦੇ ਧੁਰੇ ਆਦਿ ਤੋਂ ਨਿਸ਼ਕਾਮ ਕਰਮਾਂ ਦਾ ਸੰਯੋਗ ਮਿਲਾਪ ਪਿਆ ਹੋਇਆ ਸੀ, ਤਾਂ ਸਤਿਗੁਰਾਂ ਨਾਲ ਮਿਲਾਪ ਹੋਇਆ ਹੈ। ਮਾਇਆ ਲਾਲਚ ਅਟਿਆ ਪਿਆਰੇ ਚਿੱਤ ਨ ਆਵਹਿ ਮੂਲ। ਹੇ ਪਿਆਰੇ, ਇਹ ਜੀਵ ਰਾਤ ਦਿਨੇ ਹੀ ਮਾਇਆ ਦੇ ਲਾਲਚ ਲੋਭ ਵਿੱਚ ਅਟਿਆ ਹੁੰਦਾ, ਲਿਬੜਿਆ ਭਰਿਆ ਰਹਿੰਦਾ ਹੈ, ਜਿਸ ਕਰਕੇ ਇਸ ਦੇ ਚਿੱਤ ਹਿਰਦੇ ਵਿੱਚ ਮੂਲ ਮੁੱਢ ਭਾਵ ਅਧਿ ਸਥਾਨ ਰੂਪ ਪਰਮੇਸ਼ਰ ਚੇਤੇ ਨਹੀਂ ਆਉਂਦਾ। ਅੱਗੇ ਹੁਣ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁੱਖ ਬੇਨਤੀ ਕਰਦਿਆਂ ਉਚਾਰਨ ਕਰਦੇ ਆ, ਜਿਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜ। ਹੇ ਸੁਆਮੀ ਮਾਲਕ ਪਰਮੇਸ਼ਰ ਜੀ, ਜਿਨ੍ਹਾਂ ਨੂੰ ਤੂੰ ਭੁੱਲ ਜਾਂਦਾ ਹੈ, ਉਹ ਤਨ ਸਰੀਰ ਤਾਂ ਲਾਹਣ ਤਾਂ ਦੀ ਧੂੜੀ ਹੋ ਜਾਂਦੇ ਆ, ਉਹ ਤਨ ਸਰੀਰ ਧੂੜ ਮਿੱਟੀ ਵਿੱਚ ਲਿਟਣ ਵਾਲੀਆਂ ਸੱਪ ਕਿਰਲੀਆਂ ਆਦਿਕ ਜੂਨਾਂ ਨੂੰ ਪ੍ਰਾਪਤ ਹੁੰਦੇ ਆ। ਬਿਲਲਾਟ ਕਰਹਿ ਬਹੁ ਤੇਰਿਆ ਪਿਆਰੇ ਉਤਰੈ ਨਾਹੀ ਸੂਲ। ਹੇ ਪਿਆਰੇ, ਉਹ ਪੁਰਖ ਭਾਵੇਂ ਬਹੁ ਤੇਰਿਆ ਬਹੁਤਾ ਰੋਣ ਆਦਿ ਵਿਰਲਾਪ ਵੀ ਕਰਦੇ ਰਹਿਣ, ਪਰ ਉਹਨਾਂ ਦਾ ਜੰਮਣ ਮਰਨ ਦਾ ਸੂਲ ਦੁੱਖ ਉਤਰਦਾ ਹੀ ਨਹੀਂ, ਭਾਵ ਹਰ ਵਕਤ ਦੁੱਖਾਂ ਦੀ ਸੂਲੀ ਚੜ੍ਹੇ ਰਹਿੰਦੇ ਆ। ਇੱਕ ਚਿੰਤਾ ਖਤਮ ਹੋਈ, ਦੋ ਹੋਰ ਆ ਕੇ ਚੜ੍ਹ ਗਈਆਂ, ਸਾਰੀ ਦਿਹਾੜੀ ਇਹਨਾਂ ਕੰਮਾਂ ਵਿੱਚ ਰਹਿੰਦੇ ਆ। ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਕਾ ਰਹਿਆ ਮੂਲ। ਹੇ ਪਿਆਰੇ, ਜਿਹੜੇ ਪੁਰਖਾਂ ਨੂੰ ਸਤਿਗੁਰਾਂ ਨਾਲ ਮੇਲ ਕੇ ਪਰਮੇਸ਼ਰ ਨੇ ਸੰਵਾਰ ਲਿਆ ਹੈ, ਉਹਨਾਂ ਦਾ ਮੂਲ ਮੁੱਢ ਭਾਵ ਅਧਿ ਸਥਾਨ ਸਰੂਪ ਵਿੱਚ ਚਿੱਤ ਇਸਤਿਤ ਹੋ ਕੇ ਰਹਿ ਗਿਆ ਹੈ, ਜਿਸ ਕਰਕੇ ਉਹ ਤੱਤ ਸਿਧਾਂਤ ਦੇ ਗਿਆਤੇ ਹੋ ਗਏ ਹਨ, ਭਾਵ ਜੰਮਣ ਮਰਨ ਤੋਂ ਰਹਿਤ ਹੋ ਗਏ ਹਨ, ਉਹਨਾਂ ਦਾ ਨਿਸ਼ਕਾਮ ਕਰਮਾਂ ਦਾ ਮੁੱਢ ਫਲ ਦੇਣ ਵਾਸਤੇ ਰਹਿ ਗਿਆ ਹੈ।
ਸਾਕਤ ਸੰਗ ਨਾ ਕੀਜਈ ਪਿਆਰੇ, ਜੇ ਕਾ ਪਾਰ ਵਸਾਏ। ਹੇ ਪਿਆਰੇ, ਜਿਤਨਾ ਕੋ ਪਾਰ ਵਸਾਏ ਵਸ ਚੱਲ ਸਕੇ, ਉਤਨੀ ਅਖੀਰ ਤੱਕ ਸ਼ਕਤੀ ਦੇ ਉਪਾਸ਼ਕ ਕਠੋਰ ਚਿੱਤ ਵਾਲੇ ਪੁਰਖ ਦੀ ਸੰਗਤ ਨਹੀਂ ਕਰਨੀ ਚਾਹੀਦੀ। ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲੈ ਉੱਠ ਜਾਏ। ਹੇ ਪਿਆਰੇ, ਜਿਸ ਮਨਮੁੱਖ ਪੁਰਖ ਦੇ ਮਿਲਾਪ ਕਰਕੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ, ਉਹ ਮਨਮੁੱਖ ਦੁਨੀਆਂ ਵਿੱਚ ਕਾਲਾ ਮੂੰਹ ਕਰਾ ਕੇ ਭਾਵ ਬਦਨਾਮੀ ਖੱਟ ਕੇ ਦੁਨੀਆਂ ਤੋਂ ਉੱਠ ਕੇ ਪਰਲੋਕ ਨੂੰ ਜਮਦੂਤਾਂ ਕੋਲ ਜਾਂਦਾ ਹੈ। ਮਨਮੁੱਖ ਢੋਈ ਨਹਿ ਮਿਲੈ ਪਿਆਰੇ, ਦਰਗਹਿ ਮਿਲੈ ਸਜਾਏ। ਹੇ ਪਿਆਰੇ, ਮਨਮੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਪੁਰਖ ਨੂੰ ਇਸ ਲੋਕ ਵਿੱਚ ਗੁਰਾਂ ਦਾ ਆਸਰਾ ਨਹੀਂ ਮਿਲਦਾ, ਅਤੇ ਜਿਸ ਕਰਕੇ ਉਸ ਨੂੰ ਅੱਗੇ ਪਰਲੋਕ ਵਿੱਚ ਰੱਬ ਦੀ ਕਚਹਿਰੀ ਵਿੱਚ ਵੀ ਸਜਾਏ ਦੰਡ ਮਿਲਦਾ ਹੈ। ਜੋ ਦਰਕੀਏ ਅੰਦਰ ਗਹਿ ਤੁਰਿਆ ਪਦ ਹੈ, ਉਸ ਵਿੱਚ ਢੋਈ ਆਸਰੇ ਦਾ ਮਿਲਾਪ ਨਹੀਂ ਲੈਂਦਾ, ਜਿਸ ਕਰਕੇ ਪ੍ਰਲੋਕ ਵਿੱਚ ਸਜ਼ਾ ਮਿਲਦੀ ਹੈ। ਜੋ ਗੁਰ ਮੇਲ ਸਵਾਰਿਆ ਪਿਆਰੇ, ਤਿਨਾਂ ਪੂਰੀ ਪਾਏ। ਹੇ ਪਿਆਰੇ, ਜਿਹੜੇ ਪੁਰਖਾਂ ਨੂੰ ਸਤਿਗੁਰਾਂ ਨੇ ਆਪਣੇ ਚਰਨਾਂ ਕਮਲਾਂ ਨਾਲ ਮੇਲ ਕੇ ਉਹਨਾਂ ਦੇ ਜੀਵਨ ਨੂੰ ਸੰਵਾਰ ਲਿਆ ਹੈ, ਉਹਨਾਂ ਦੀ ਭਗਤੀ ਪੂਰਨ ਪੈ ਗਈ ਹੈ। ਸੰਜਮ ਸਹਿਸ ਸਿਆਣਪਾ ਪਿਆਰੇ, ਇੱਕ ਨ ਚੱਲੀ ਨਾਲ। ਹੇ ਪਿਆਰੇ, ਜਿਹੜੇ ਇੰਦਰੀਆਂ ਨੂੰ ਦਮਨ ਕਰਨ ਰੂਪ ਸੰਜਮ ਸਾਧਨ ਕਰਨੇ ਅਤੇ ਹਜ਼ਾਰਾਂ ਪੁਸਤਕਾਂ ਦੀਆਂ ਸਿਆਣਪਾਂ ਚਲਾਕੀਆਂ ਸਿੱਖਣੀਆਂ ਹਨ, ਇਹਨਾਂ 'ਚੋਂ ਇੱਕ ਵੀ ਪ੍ਰਲੋਕ ਵਿੱਚ ਸਹਾਇਤਾ ਲਈ ਨਹੀਂ ਜਾਂਦੀ, ਨਾਲ ਨਹੀਂ ਚੱਲਦੀ। ਇਹੋ ਜਿਹੇ ਪਖੰਡ ਦੇ ਸਾਧਨ ਜਾਂ ਚਲਾਕੀਆਂ ਵਿੱਚੋਂ ਇੱਕ ਵੀ ਪ੍ਰਲੋਕ ਵਿੱਚ ਸਕਾਮੀ ਪੁਰਖਾਂ ਦੇ ਨਾਲ ਨਹੀਂ ਚੱਲਿਆ। ਜੋ ਬੇਮੁੱਖ ਗੋਬਿੰਦ ਤੇ ਪਿਆਰੇ, ਤਿੰਨ ਕੁੱਲ ਲਾਗੈ ਗਾਲ। ਹੇ ਪਿਆਰੇ, ਜਿਹੜੇ ਪੁਰਖ ਗੋਬਿੰਦ ਪਰਮੇਸ਼ਰ ਵਾਹਿਗੁਰੂ ਜੀ ਤੋਂ ਬੇਮੁੱਖ ਮੁਨਕਰ ਹੋ ਗਏ ਹਨ, ਉਹਨਾਂ ਦੀ ਕੁੱਲ ਵੰਸ਼ ਵੀ ਗਾਲ ਕਲੰਕ ਲੱਗ ਜਾਂਦਾ ਹੈ। ਉਹਨਾਂ ਦੀ ਦੈਵੀ ਸੰਪਦਾ ਰੂਪ ਕੁੱਲ ਆਸਰੀ ਸੰਪਦਾ ਵਿੱਚ ਗਾਲ ਕਹੀਏ ਗਲ ਜਾਂਦੀ ਹੈ। ਖੋਦੀ ਵਸਤ ਨਾ ਜਾਤੀਆ ਪਿਆਰੇ, ਕੂੜ ਨਾ ਚੱਲੀ ਨਾਲ। ਹੇ ਪਿਆਰੇ, ਜਿਨ੍ਹਾਂ ਨੇ ਹੋਂਦ ਰੂਪ ਭਾਵ ਆਤਮਾ ਆਨੰਦ ਰੂਪ ਵਸਤੂ ਨੂੰ ਨਹੀਂ ਜਾਣਿਆ, ਉਹਨਾਂ ਦੀ ਬਿਰਤੀ ਝੂਠੇ ਪਦਾਰਥਾਂ ਵਿੱਚ ਲੱਗੀ ਹੋਈ ਹੈ। ਜਿਨ੍ਹਾਂ ਝੂਠੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਪ੍ਰਲੋਕ ਨੂੰ ਨਾਲ ਨਹੀਂ ਚੱਲਣਾ। ਸਤਿਗੁਰ ਜਿਨ੍ਹਾਂ ਮਿਲਾਇਓਨ ਪਿਆਰੇ, ਸਾਚਾ ਨਾਮ ਸੰਭਾਲ। ਹੇ ਪਿਆਰੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮੇਲ ਲਿਆ ਹੈ, ਉਹ ਹਰ ਵਕਤ ਸੱਚੇ ਨਾਮ ਨੂੰ ਸੰਭਾਲ ਯਾਦ ਕਰਦੇ ਰਹਿੰਦੇ ਆ। ਸਤ ਸੰਤੋਖ ਗਿਆਨ ਧਿਆਨ ਪਿਆਰੇ, ਜਿਸਨੋ ਨਦਰ ਕਰੇ। ਹੇ ਪਿਆਰੇ, ਜਿਸ ਪੁਰਖਾਂ ਉੱਤੇ ਗੁਰੂ ਸਾਹਿਬ ਜੀ ਕਿਰਪਾ ਨਦਰ ਦ੍ਰਿਸ਼ਟੀ ਕਰਦੇ ਹਨ, ਉਹਨਾਂ ਨੂੰ ਸਤ ਸੰਤੋਖ ਦਾ ਧਾਰਨ ਕਰਨ ਰੂਪ ਗੁਣ ਨਿਰਗੁਣ ਸਰੂਪ ਦਾ ਗਿਆਨ ਅਤੇ ਸਰਗੁਣ ਸਰੂਪ ਦਾ ਧਿਆਨ ਹੋਣਾ ਆਦਿਕ ਗੁਣ ਪ੍ਰਾਪਤ ਹੋ ਜਾਂਦੇ ਆ, ਅਤੇ ਅਨਦਿਨ ਕੀਰਤਨ ਗੁਣ ਰਵੈ ਪਿਆਰੇ, ਅੰਮ੍ਰਿਤ ਪੂਰ ਪਰੇ। ਹੇ ਪਿਆਰੇ, ਉਹ ਗੁਰਮੁਖ ਜਨ ਅਨਦਿਨ ਰਾਤ ਦਿਨ ਵਾਹਿਗੁਰੂ ਦੇ ਗੁਣਾਂ ਨੂੰ ਕੀਰਤਨ ਜਸ ਰੂਪ ਵਿੱਚ ਰਵੈ ਉਚਾਰਦੇ ਰਹਿੰਦੇ ਆ, ਜਿਸ ਕਰਕੇ ਉਹਨਾਂ ਦੇ ਹਿਰਦੇ ਨਾਮ ਅੰਮ੍ਰਿਤ ਦੇ ਆਨੰਦ ਨਾਲ ਪੂਰਕ ਗਏ ਪੂਰਨ ਭਰੇ ਰਹਿੰਦੇ ਆ, ਅਤੇ ਉਹਨਾਂ ਨੇ ਹੋਰਨਾਂ ਦੇ ਹਿਰਦਿਆਂ ਨੂੰ ਵੀ
ਪੂਰਨ ਕਹੀਏ ਉਪਦੇਸ਼ ਦੇ ਕੇ ਅੰਮ੍ਰਿਤ ਆਨੰਦ ਕਰਕੇ ਲਭਾ ਲਭ ਭਰ ਦਿੱਤਾ ਹੈ। ਦੁੱਖ ਸਾਗਰ ਤਿੰਨ ਲੰਘਿਆ ਪਿਆਰੇ, ਭਵਜਲ ਪਾਰ ਪਰੇ। ਹੇ ਪਿਆਰੇ, ਉਹਨਾਂ ਗੁਰਮੁਖ ਜਨਾਂ ਨੇ ਦੁੱਖਾਂ ਦੇ ਸਾਗਰ ਸਮੁੰਦਰ ਸੰਸਾਰ ਨੂੰ ਨਾਮ ਦੇ ਜਹਾਜ਼ 'ਤੇ ਚੜ੍ਹ ਕੇ ਪਾਰ ਲੰਘ ਲਿਆ ਹੈ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਹੋਰ ਜੀਵ ਵੀ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ 'ਤੇ ਪਹੁੰਚ ਗਏ ਹਨ। ਜਿਸ ਭਾਵੈ ਤਿਸ ਮੇਲ ਲੈ ਪਿਆਰੇ, ਸੇਈ ਸਦਾ ਖਰੇ। ਹੇ ਭਾਈ, ਜਿਸ ਪੁਰਖਾਂ ਦੀ ਪਰਮੇਸ਼ਰ ਨੂੰ ਭਾਵਨਾ ਭਾ ਗਈ ਹੈ, ਉਸ ਪੁਰਖਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਉਹ ਹੀ ਹਮੇਸ਼ਾ ਖਰੇ ਚੰਗੇ ਹਨ, ਬਾਕੀ ਖੋਟੇ ਹਨ। ਸਮਰੱਥ ਪੁਰਖ ਦਇਆਲ ਦੇਉ ਪਿਆਰੇ, ਭਗਤਾ ਤਿਸਕਾ ਤਾਣ। ਹੇ ਪਿਆਰੇ, ਜੋ ਪਰਮੇਸ਼ਰ ਸਰਬ ਸ਼ਕਤੀਵਾਨ ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਦਇਆਲ ਦਇਆ ਦਾ ਆਲ ਘਰ ਹੈ ਅਤੇ ਦੇਉ ਪ੍ਰਕਾਸ਼ ਰੂਪ ਹੈ, ਭਗਤਾਂ ਨੂੰ ਸਦਾ ਉਸ ਪਰਮੇਸ਼ਰ ਦਾ ਹੀ ਤਾਣ ਬਲ ਆਸਰਾ ਹੈ। ਤਿਸ ਸਰਣਾਈ ਟਹਿ ਪਏ ਪਿਆਰੇ, ਜੇ ਅੰਤਰ ਜਾਮੀ ਜਾਣ। ਹੇ ਪਿਆਰੇ, ਉਹ ਭਗਤ ਦੇਹ ਅਭਿਮਾਨ ਵੱਲੋਂ ਢਹਿ ਕੇ ਉਸ ਵਾਹਿਗੁਰੂ ਦੀ ਸਰਣਾਈ ਸ਼ਰਨ ਵਿੱਚ ਪਏ ਹਨ, ਜਿਹੜਾ ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਹੈ। ਹਲਤ ਪਲਤ ਸਵਾਰਿਆ ਪਿਆਰੇ, ਮਸਤਕ ਸੱਚ ਨੀਸਾਣ। ਹੇ ਪਿਆਰੇ, ਜਿਨ੍ਹਾਂ ਦੇ ਮਸਤਕ ਮੱਥੇ ਉੱਤੇ ਸੱਚਾ ਨੀਸਾਣ ਲੇਖ ਹੈ, ਜਿਨ੍ਹਾਂ ਦੇ ਅੰਤਹਿਕਰਨ ਰੂਪੀ ਮੱਥੇ ਉੱਤੇ ਸੱਚਾ ਨੀਸਾਣ ਪ੍ਰਗਟ ਹੋਇਆ ਹੈ, ਉਹਨਾਂ ਦਾ ਪਰਮੇਸ਼ਰ ਨੇ ਹਲਤ ਲੋਕ ਪਲਤ ਪ੍ਰਲੋਕ ਸਵਾਰਿਆ ਕਹੀਏ ਸੰਵਾਰ ਦਿੱਤਾ ਹੈ। ਸੋ ਪ੍ਰਭ ਕਦੇ ਨਾ ਵੀਸਰੈ ਪਿਆਰੇ, ਨਾਨਕ ਸਤਿਗੁਰ ਬਾਣ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ, ਸੋ ਕਹੀਏ ਉਹ ਪ੍ਰਭ ਪਰਮੇਸ਼ਰ ਕਦੇ ਵੀ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ, ਸਗੋਂ ਉਸ ਦੇ ਉੱਪਰੋਂ ਸਾਧ ਸੈਂਕੜੇ ਵਾਰੀ ਕੁਰਬਾਨ ਬਲਹਾਰ ਜਾਣਾ ਚਾਹੀਦਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।